ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੀ ਯੂਟਿਊਬ ਚੈਨਲ 'ਤੇ ਫੇਸਬੁੱਕ 'ਤੇ ਸਵਾਗਤ ਹੈ। ਅੱਜ ਨੇ ਆਪਾਂ ਵੀਡੀਓ ਲੈ ਕੇ ਅੰਮ੍ਰਿਤਸਰ ਸ਼ਾਹੀ ਪੱਗ, ਜਿਹੜੇ ਆਪਾਂ ਇੱਕ ਲੜ ਦੇ ਤਿੰਨ ਲੜ ਬਣਾਉਣੇ, ਜਿਹੜੇ ਆਪਾਂ ਕਿਵੇਂ ਬਣਾਉਣੇ ਉਹ ਆਪਾਂ ਅੱਜ ਇਸ ਵੀਡੀਓ 'ਚ ਦੱਸਾਂਗੇ। ਅਤੇ ਸਭ ਤੋਂ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸਿਰ ਦੇ ਸੈਂਟਰ 'ਚੋਂ ਲਿਆ ਕੇ ਲੜ ਨੂੰ ਪੂਣੀ ਦਾ ਹੁੱਲਾ ਥੱਲੇ ਰੱਖ ਕੇ ਪਤਵਾ ਸੱਤ ਰੱਖ ਕੇ ਦੋਵੇਂ ਪੱਲੇ ਜੋ ਜਿਹੜੇ ਆਪਣਾ ਦੋਵੇਂ ਪੱਲੇ ਨੇ ਉਹਨਾਂ 'ਚੋਂ ਜਿਹੜੇ ਆਪਣੇ ਲੜਨੇ ਉਹ ਇਕੱਠੇ ਕਰ ਦੇਣੇ ਆ। ਅਤੇ ਇਕੱਠੇ ਕਰਕੇ ਆਪਾਂ ਪਹਿਲੇ ਲੜ 'ਚ ਦੋ ਲੜ ਬਣਾ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸਾਫ ਕਰਕੇ ਅਤੇ ਥੋੜ੍ਹੀ ਜਿਹੀ ਮਿਠਾਈ ਜਿਹਾ ਕਰਕੇ ਅਤੇ ਲੜ ਨੂੰ ਅੱਧੀ ਇੱਕ ਅੱਧੀ ਗੱਲ ਢੱਕ ਕੇ ਲੜਨ ਨੂੰ ਸਾਫ ਕਰਕੇ ਅਤੇ ਨਾਲ ਦੀ ਨਾਲ ਉੱਤੋਂ ਫਾਸਲਾ ਜਿਹੜਾ ਉਹ ਸੈੱਟ ਕਰਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸੈੱਟ ਕਰਕੇ ਅਤੇ ਲੜਾਂ ਨੂੰ ਜਿਹੜੇ ਆਪਣੇ ਦੋ ਲੜ ਪਾਏ ਹੋਏ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਉਹਨਾਂ 'ਚੋਂ ਵਲ ਕੱਢ ਕੇ ਜਿਹੜੇ ਆਪਾਂ ਲੜ ਨੂੰ ਲੂਟ ਕਰਕੇ ਲਗਾਉਣਾ ਹੈ ਅਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ ਕਰਕੇ ਜਿਹੜਾ ਲੜ ਨੂੰ ਅਤੇ ਨਾਲ ਦੀ ਨਾਲ ਬਾਜ ਫੇਰ ਕੇ ਅਤੇ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪੇਂਜ ਕਰਕੇ ਪੂਣੀ ਦਾ ਹੁੱਲਾ ਬਹੁਤਾ ਥੱਲੇ ਰੱਖ ਲੈਣਾ ਅਤੇ ਬੰਦ ਬਸਾ ਉੱਤੇ ਰੱਖ ਕੇ ਦੋਵੇਂ ਪੱਲਿਆਂ 'ਚੋਂ ਜਿਹੜੇ ਆਪਾਂ ਤਿੰਨ ਲੜਨੇ ਉਹ ਇਕੱਠੇ ਕਰਨੇ ਹਨ। ਸਭ ਤੋਂ ਪਹਿਲਾਂ ਲੜ ਜਿਹੜਾ ਆਪਾਂ ਉੱਤੋਂ ਜਿਹੜਾ ਲੜ ਨੂੰ ਬਣਾਉਣਾ ਇਕੱਠਾ ਬਣਾਉਣਾ ਹੈ ਅਤੇ ਬਣਾ ਕੇ ਅਤੇ ਫਿਰ ਆਪਣਾ ਜਿਹੜਾ ਥੱਲੇ ਪੱਲਾ ਹੋਊਗਾ ਉਹ 'ਚੋਂ ਮੈਂ ਆਪਾਂ ਨੇ ਜਿਹੜਾ ਦੂਜਾ ਲੜ ਬਣਾਉਣਾ ਹੈ, ਦੂਜਾ ਲੜ ਆਪਾਂ ਫਿਰ ਤੀਜਾ ਲੜ ਜਿਹੜਾ ਉਹ ਥੱਲੇ ਪੱਲੇ 'ਚ ਬਣਾਉਣਾ ਹੈ ਅਤੇ ਫਿਰ ਆਪਾਂ ਇਸੇ ਤਰੀਕੇ ਨਾਲ ਜਿਹੜਾ ਆਪਾਂ ਲੜਨੇ ਤਿੰਨੀ ਇਕੱਠੇ ਕਰ ਲੈਣੇ ਹਨ। ਤਿੰਨੀ ਇਕੱਠੇ ਕਰਕੇ ਅਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਹਨ ਅਤੇ ਸਾਫ਼ ਕਰਕੇ ਚੰਗੀ ਤਰ੍ਹਾਂ ਇਹਨਾਂ ਦੀ ਪ੍ਰੋਪਰ ਸਫਾਈ ਕਰਕੇ ਅਤੇ ਇੱਕ ਆਪਾਂ ਜਿਹੜੀ ਕਿ ਨੋਕ ਦੀ ਆਪਾਂ ਜਿਹੜੀ ਉਹ ਸੈੱਟ ਕਰਨੀ ਹੈ ਅਤੇ ਨੋਕ ਸੈੱਟ ਕਰਕੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਦੱਬ ਕੇ ਅਤੇ ਫਿਰ ਆਪਣੇ ਤਿੰਨ ਜਿਹੜੇ ਆਪਾਂ ਤਿੰਨ ਲੜ ਬਣਾਏ ਸੀ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ ਹੈ। ਸੈੱਟ ਕਰਕੇ ਅਤੇ ਆਪਾਂ ਜਿਹੜਾ ਪਹਿਲੇ ਦੋ ਲੜਾਂ ਦਾ ਫਾਲਾ ਜਿਹੜਾ ਆਪਾਂ ਉਹ ਰੱਖਿਆ ਸੀ ਉਨਾ ਹੀ ਆਪਾਂ ਇਹਨਾਂ ਲੜਾਂ ਦਾ ਵੀ ਜਿਹੜਾ ਆਪਾਂ ਫਾਲਾ ਉਹ ਸੈੱਟ ਕਰਕੇ ਅਤੇ ਲੜ ਨੂੰ ਲੋਡ ਕਰਕੇ ਅਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ ਕਰਕੇ ਅਤੇ ਸਾਫ਼ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਉਂਗਲੀਆਂ ਨਾਲ ਜਿਹੜਾ ਆਪਾਂ ਲੜ ਨੂੰ ਸਾਫ਼ ਕਰਨਾ ਹੈ। ਅਤੇ ਪਿੱਛੇ ਤੱਕ ਚੰਗੀ ਤਰ੍ਹਾਂ ਸਫਾਈ ਕਰਕੇ ਜਿਹੜਾ ਪੱਲਾ ਨੂੰ ਸਾਫ਼ ਕਰਕੇ ਅਤੇ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਪੱਲਾ ਨੂੰ ਲੋਡ ਕਰਕੇ ਅਤੇ ਨਾਲ ਦੀ ਨਾਲ ਬਾਜ ਫੇਰ ਕੇ ਅਤੇ ਇਹਨਾਂ ਦੀ ਸਫਾਈ ਕਰਕੇ ਅਤੇ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਅਤੇ ਇਹਨਾਂ ਦੀ ਮੋਟਾਈ ਜਿਹੜੀ ਆਪਾਂ ਬਰਾਬਰ ਕਰਕੇ ਅਤੇ ਲੜਾਂ ਲੜ ਨੂੰ ਲੋਡ ਕਰਕੇ ਲਗਾਉਣਾ ਹੈ। ਜਿਹੜਾ ਤੁਸੀਂ ਆਪਾਂ ਬਾਜ ਫੇਰਨਾ ਉਹ ਚੰਗੀ ਤਰ੍ਹਾਂ ਬਰੀਕੀ ਨਾਲ ਜਿਹੜਾ ਬਾਜ ਫੇਰਨਾ ਇਹਨਾਂ ਵਿੱਚ ਜਿਹੜਾ ਆਪਾਂ ਦਾ ਫਾਸਲਾ ਅਤੇ ਮੋਟਾਈ ਅਤੇ ਇਹਨਾਂ ਦੀ ਚੰਗੀ ਤਰ੍ਹਾਂ ਪ੍ਰੋਪਰ ਸਫਾਈ ਕਰਨੀ ਹੈ ਅਤੇ ਪਿੱਛੇ ਤੱਕ ਜਿਹੜਾ ਆਪਾਂ ਚੰਗੀ ਤਰ੍ਹਾਂ ਬਾਜ ਫੇਰ ਕੇ ਅਤੇ ਲੜਾਂ ਨੂੰ ਸਾਫ਼ ਕਰਕੇ ਅਤੇ ਜਿਹੜੇ ਆਪਾਂ ਜਦ ਤੱਕ ਪ੍ਰੋਪਰ ਤਰੀਕੇ ਨਾਲ ਜਿਹੜੇ ਆਪਣੇ ਲੜ ਸਾਫ਼ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਬਾਜ ਫੇਰ ਕੇ ਹੱਥਾਂ ਨਾਲ ਜਿਹੜੀ ਇਹਨਾਂ ਦੀ ਸਫਾਈ ਕਰਕੇ ਅਤੇ ਲੜਾਂ ਨੂੰ ਲੋਡ ਕਰਕੇ ਲਗਾਉਣਾ ਹੈ। ਅਤੇ ਆਪਣੀ ਜਿਹੜੀ ਨੋਕ ਉਹ ਵੀ ਆਪਾਂ ਸੈੱਟ ਕਰੀ ਜਾਣੀ ਹੈ
ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜੂ ਬੈਗ ਤੋਂ ਪਿੰਜ ਕਰਕੇ ਪੂਣੀ ਦਾ ਹੁੱਲਾ ਬਦਲ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਅਤੇ ਦੋਵੇਂ ਪੱਲਿਆਂ 'ਚੋਂ ਜਿਹੜੇ ਆਪਾਂ ਲੜਨੇ ਉਹ ਇਕੱਠੇ ਕਰਨੇ ਹਨ ਅਤੇ ਉੱਤੋਂ ਵੀ ਜਿਹੜਾ ਲੜ ਦਾ ਫਾਸਲਾ ਜਿਹੜਾ ਆਪਾਂ ਸੈੱਟ ਕਰ ਲੈਣਾ ਹੈ। ਸਭ ਤੋਂ ਪਹਿਲਾਂ ਜਿਹੜਾ ਆਪਾਂ ਦੂਜੇ ਪੱਲੇ ਨੂੰ ਅੱਖ ਲਵੇ ਥੋੜ੍ਹਾ ਜਿਹਾ ਫੋਲਡ ਕਰਾਂਗੇ ਪਹਿਲੇ ਪੱਲੇ 'ਚੋਂ, ਔਰ ਜਿਹੜਾ ਆਪਾਂ ਉਂਗਲੀ ਨਾਲ ਹਾਫ ਪਿੰਚ ਕਰਕੇ ਅਤੇ ਆਪਾਂ ਜਿਹੜਾ ਤੀਜਾ ਲੜ ਬਣਾਉਣਾ ਹੈ ਤੀਜੇ ਲੜ ਬਣਾ ਕੇ ਅਤੇ ਫਿਰ ਜਿਹੜਾ ਆਪਣਾ ਹਾਫ ਪਿੰਚ ਕਰਕੇ ਜਿਹੜਾ ਥੱਲੜਾ ਕੱਪੜਾ ਹੋਊਗਾ ਉਹਦੇ ਨਾਲ ਆਪਾਂ ਜਿਹੜਾ ਦੂਜਾ ਲੜ ਬਣਾਉਣਾ ਹੈ ਉਸ ਨੂੰ ਆਪਾਂ ਚੰਗੀ ਤਰ੍ਹਾਂ ਹਾਫ ਪਿੰਚ ਕਰਕੇ ਅਤੇ ਲੜ ਨੂੰ ਚੰਗੀ ਤਰ੍ਹਾਂ ਮੋਟਾਈ 'ਚ ਕਰਕੇ ਅਤੇ ਸਾਫ ਕਰਕੇ ਅਤੇ ਫਿਰ ਆਪਾਂ ਜਿਹੜਾ ਦੂਜਾ ਪੱਲਾ ਹੋਊਗਾ ਉਹਦੇ ਵਿੱਚੋਂ ਆਪਾਂ ਜਿਹੜਾ ਲੜ ਨੂੰ ਇਕੱਠਾ ਕਰਕੇ ਚੰਗੀ ਤਰ੍ਹਾਂ ਅਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਅਤੇ ਸੈੱਟ ਕਰ ਲੈਣਾ ਹੈ। ਸੈੱਟ ਕਰਕੇ ਅਤੇ ਆਪਾਂ ਹੁਣ ਜਿਹੜੇ ਲੜ ਬਣਾਏ ਸੀ ਇਹਨਾਂ ਵਿੱਚ ਜਿਹੜਾ ਆਪਾਂ ਉਂਗਲੀਆਂ ਫੇਰ ਕੇ ਇਹਨਾਂ ਦੀ ਆਪਾਂ ਜਿਹੜੀ ਪ੍ਰੋਪਰ ਤਰੀਕੇ ਨਾਲ ਸਫਾਈ ਕਰਕੇ ਅਤੇ ਲੜਾਂ ਦਾ ਫਲ ਜਿਹੜਾ ਆਪਾਂ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਅਤੇ ਨੋਕ ਜਿਹੜੀ ਆਪਾਂ ਦੀ ਉਹ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਅਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾਉਣਾ ਹੈ। ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜਾ ਆਪਾਂ ਬਰੀਕੀ ਨਾਲ ਬਾਜ਼ ਫੇਰ ਕੇ ਇਹਨਾਂ ਦਾ ਫਲ ਜਿਹੜਾ ਆਪਾਂ ਉਹ ਸੈੱਟ ਕਰਨਾ ਅਤੇ ਇਹਨਾਂ ਦੀ ਮੋਟਾਈ ਜਿਹੜੀ ਉਹ ਵੀ ਸੈੱਟ ਕਰ ਲੈਣੀ ਹੈ। ਅਤੇ ਚੰਗੀ ਤਰ੍ਹਾਂ ਬਾਜ਼ ਫੇਰ ਕੇ ਜਿਹੜੇ ਆਪਾਂ ਲੜਾਈ ਸਫਾਈ ਆ ਉਹ ਕਰ ਲੈਣੀ ਹੈ। ਪ੍ਰੋਪਰ ਤਰੀਕੇ ਜਿਹੜੀ ਆਪਾਂ ਇਹਨਾਂ ਦੀ ਸਫਾਈ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਅਤੇ ਫਰੰਟ ਤੋਂ ਲੈ ਕੇ ਪਿੱਛੇ ਤੱਕ ਜਿਹੜਾ ਆਪਾਂ ਬਾਜ਼ ਫੇਰ ਕੇ ਇਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਅਤੇ ਇਹਨਾਂ ਵਾਲ ਜਿਹੜਾ ਆਪਾਂ ਉਹ ਵੀ ਫਿਲਟਰ ਕਰ ਲੈਣਾ ਹੈ। ਅਤੇ ਨਾਲ ਹੀ ਨਾਲ ਬਾਜ਼ ਫੇਰ ਕੇ ਇਹਨਾਂ ਦੀ ਮੋਟਾਈ ਜਿਹੜੀ ਆਪਾਂ ਉਹ ਸੈੱਟ ਕਰੀ ਜਾਣੀ ਹੈ ਅਤੇ ਫਾਲ ਜਿਹੜਾ ਆਪਾਂ ਉਹ ਵੀ ਆਪਾਂ ਸੈੱਟ ਕਰੀ ਜਾਣਾ ਹੈ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ 'ਚ ਪਿੰਜ ਕਰਕੇ ਪੂਰੀ ਦਾ ਹੁੰਦਾ ਵਾ ਥੱਲੇ ਰੱਖ ਲੈਣਾ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲਿਆਂ 'ਚੋਂ ਜਿਹੜੇ ਆਪਾਂ ਤਿੰਨ ਲੜ ਬਣਾਉਣੇ ਹਨ ਅਤੇ ਉੱਤੋਂ ਜਿਹੜਾ ਲੜ ਨੂੰ ਲੜ ਦਾ ਫਲ ਉਹ ਆਪਾਂ ਸੈੱਟ ਕਰਕੇ ਅਤੇ ਫਿਰ ਆਪਾਂ ਜਿਵੇਂ ਤੁਹਾਨੂੰ ਦੱਸਿਆ ਪਹਿਲੇ ਪੱਲੇ 'ਚੋਂ ਹਾਫ ਪਿੰਚ ਕਰਕੇ ਅਤੇ ਲੜ ਨੂੰ ਸਾਫ ਕਰਨਾ, ਸਾਫ ਕਰਕੇ ਉੱਤੋਂ ਜਿਹੜਾ ਲੜ ਨੂੰ ਦੱਬਣਾ ਅਤੇ ਦੱਬ ਕੇ ਫਿਰ ਜਿਹੜਾ ਹਾਫ ਪਿੰਚ ਕਰਿਆ ਹੋਇਆ ਸੀ ਉਹ 'ਚੋਂ ਉਹਨੂੰ ਹਾਫ ਪਿੰਚ ਕਰਕੇ ਅਤੇ ਉਹਦੀ ਆਪਾਂ ਜਿਹੜੀ ਮੋਟਾਈ ਆ ਲੜ ਦੀ ਉਹ ਸੈੱਟ ਕਰਕੇ ਜਿਹੜੇ ਆਪਾਂ ਦੋ ਲੜ ਇਕੱਠੇ ਕਰ ਲੈਣੇ ਆ ਅਤੇ ਇਕੱਠੇ ਕਰਕੇ ਉਹਨਾਂ ਵਿੱਚ ਡੂੰਘਣਾ ਪਵੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਸਾਫ ਕਰ ਲੈਣਾ ਹੈ ਅਤੇ ਫਿਰ ਆਪਾਂ ਤੀਜਾ ਲੜ ਵੀ ਜਿਹੜਾ ਆਪਾਂ ਦੂਜੇ ਪੱਲੇ ਨਾਲ ਹਾਫ ਪਿੰਚ ਕਰਕੇ ਅਤੇ ਬਣਾ ਲੈਣਾ ਅਤੇ ਲੋਡ ਕਰਕੇ ਆਪਾਂ ਜਿਹੜੀ ਨੋਕ ਉਹ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਸਾਫ ਕਰਕੇ ਲਗਾਉਣਾ ਹੈ। ਅਤੇ ਜਿਹੜਾ ਤੁਸੀਂ ਬਾਜ਼ ਆ ਉਹ ਬਾਅਦ ਵਿੱਚ ਵੀ ਫੇਰ ਸਕਦੇ ਹੋ, ਪਹਿਲਾਂ ਵੀ ਫੇਰ ਸਕਦੇ ਹੋ, ਇਹ ਤੁਹਾਡੇ ਡਿਪੈਂਡ ਆ ਜਿਵੇਂ ਤੁਹਾਨੂੰ ਲੱਗਦਾ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ। ਅਤੇ ਆਪਣੇ ਜਿਹੜੇ ਲੜਾਂ ਦਾ ਫਾਸਲਾ ਆਪਾਂ ਉਹ ਘੱਟ ਕਰਕੇ ਅਤੇ ਲੜ ਨੂੰ ਸਾਫ ਕਰਕੇ ਲਗਾ ਦੇਣਾ ਅਤੇ ਬਾਅਦ ਵਿੱਚ ਆਪਾਂ ਜਿਹੜਾ ਬਾਜ਼ ਫੇਰ ਕੇ ਇਹਨਾਂ ਦਾ ਫਾਸਲਾ ਆਪਾਂ ਉਹ ਸੈੱਟ ਕਰ ਸਕਦੇ ਹਾਂ। ਅਤੇ ਆਪਣੇ ਜਿਹੜੇ ਲੜਾਂ ਦੀ ਫਾਸਲਾ ਜਿਹੜਾ ਆਪਾਂ ਇਹਨਾਂ ਦਾ ਵੀ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ।
ਅਤੇ ਚੰਗੀ ਤਰ੍ਹਾਂ ਜਿਹੜਾ ਪਲੜਾਂ ਨੂੰ ਸੈੱਟ ਕਰਕੇ, ਜਿਹਨਾਂ ਫਲੜਾ ਉਹ ਸੈੱਟ ਕਰਕੇ, ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ। ਅਤੇ ਚੰਗੀ ਤਰ੍ਹਾਂ ਸਾਫ ਕਰਕੇ ਪਲੜਾਂ ਨੂੰ, ਅਤੇ ਨਾਲ ਦੀ ਨਾਲ ਬਾਜ ਫੇਰ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਸਫਾਈ ਕਰਕੇ ਜਿਹੜਾ ਪਲੜਾਂ ਨੂੰ ਲੋਡ ਕਰਕੇ ਲਗਾਉਣਾ ਹੈ। ਅਤੇ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਹੈ, ਅਤੇ ਹੁਣ ਜਿਹੜੇ ਆਪਾਂ ਲੜਾ ਲਾਏ ਨੇ ਇਹਨਾਂ ਵਿੱਚ ਜਿਹੜਾ ਆਪਾਂ ਬਾਜ ਫੇਰ ਕੇ ਇਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ, ਅਤੇ ਇਹਨਾਂ ਦੀ ਮੋਟਾਈ ਵਾਲੀ ਉਹ ਵੀ ਸੈੱਟ ਕਰ ਲੈਣੀ ਹੈ। ਅਤੇ ਉੱਤਲੇ ਲੜਾ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ। ਤੁਸੀਂ ਉੱਤਲੇ ਲੜਾ ਦੀ ਸੈਟਿੰਗ ਕਰ ਲਈ ਡਬਲ ਸ਼ੀਸ਼ਾ ਜਿਹੜਾ ਆਪਣਾ ਵਰਤ ਸਕਦੇ ਹੋ। ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਾ ਲੋਡ ਕਰ ਲੈਣਾ, ਅਤੇ ਆਪਣੀ ਜਿਹੜੀ ਨੋਕ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ। ਅਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਆਪਾਂ ਜਿਹੜਾ ਬਾਜ ਫੇਰ ਕੇ ਇਹਨਾਂ ਦੀ ਸਫਾਈ ਕਰ ਲੈਣੀ ਹੈ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ, ਲੜ ਨੂੰ ਬੈਗ ਤੋਂ ਪੈਂਚ ਕਰਕੇ ਪੂਣੀ ਦਾ ਹੁੰਦਾ ਥੱਲੇ ਰੱਖ ਲੈਣਾ, ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪੱਲਿਆਂ ਜੋੜੇ ਆਪਾਂ ਤਿੰਨ ਲੜ ਨੇ ਉਹ ਬਣਾਉਣੇ ਹਨ। ਅਤੇ ਫਿਰ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ, ਅਤੇ ਹਾਫ ਪਿੰਚ ਕਰਨਾ ਹੈ ਜਿਹੜਾ ਲੜ ਨੂੰ ਆਪਾਂ ਨੇ, ਅਤੇ ਪਹਿਲੇ ਪੱਲੇ 'ਚੋਂ ਹਾਫ ਪਿੰਚ ਕਰਕੇ ਜਿਹੜਾ ਆਪਾਂ ਲੜ ਬਣਾਉਣਾ ਹੈ। ਅਤੇ ਫਿਰ ਆਪਾਂ ਦੂਜੇ ਜਿਹੜਾ ਬਾਕੀ ਪੱਲਾ ਬਚ ਜਾਊਗਾ ਉਹ 'ਚੋਂ ਆਪਾਂ ਹਾਫ ਪਿੰਚ ਕਰਕੇ ਜਿਹੜਾ ਆਪਾਂ ਦੂਜਾ ਲੜ ਬਣਾਉਣਾ ਹੈ। ਅਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਦੋ ਤਿੰਨ ਹੀ ਲੜ ਨੇ ਉਹ ਇਕੱਠੇ ਕਰ ਲੈਣੇ ਹਨ, ਅਤੇ ਉਸੇ ਤਰੀਕੇ ਨਾਲ ਜਿਹੜੇ ਆਪਾਂ ਆਪਣੇ ਪੇਚ ਨੇ ਉਹ ਬਣਾਉਣੇ ਹਨ। ਅਤੇ ਚੰਗੀ ਤਰ੍ਹਾਂ ਤਿੰਨੇ ਪੇਚਾਂ ਨੂੰ ਆਪਾਂ ਜਿਹੜੀ ਉਹਨਾਂ ਦੀ ਮੋਟਾਈ ਜਿਹੜੀ ਆਪਾਂ ਉਹ ਸੈੱਟ ਕਰਕੇ, ਅਤੇ ਕਸ ਪਾ ਕੇ ਜਿਹੜਾ ਉਹਨਾਂ 'ਚ ਚੰਗੀ ਤਰ੍ਹਾਂ ਉਹਨਾਂ ਦੀ ਸਫਾਈ ਕਰਕੇ, ਅਤੇ ਲੜ ਨੂੰ ਲੋਡ ਕਰ ਲੈਣਾ ਹੈ। ਅਤੇ ਲੜ ਨੂੰ ਲੋਡ ਕਰਕੇ, ਅਤੇ ਜਿਹੜੇ ਆਪਣੇ ਉਹਦੇ ਵਿੱਚ ਲੜ ਪਾਏ ਹੋਏ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਉਂਗਲੀ ਦੇ ਅੰਗੂਠੇ ਨਾਲ, ਅਤੇ ਆਪਾਂ ਉਹਨਾਂ ਦਾ ਫਾਸਲਾ ਜਿਹੜਾ ਆਪਾਂ ਉਹ ਘਟਾ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾਉਣਾ ਹੈ। ਅਤੇ ਨਾਲ ਦੀ ਨਾਲ ਬਾਜ ਫੇਰ ਕੇ ਇਹਨਾਂ ਲੜਾਂ ਦੀ ਸਫਾਈ ਕਰੀ ਜਾਣੀ ਹੈ। ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਾਂ ਨੂੰ ਲੋਡ ਕਰਕੇ, ਅਤੇ ਸਾਹ ਕਰਕੇ ਜਿਹੜਾ ਆਪਾਂ ਲੜਾਂ ਨੂੰ ਲੋਡ ਕਰਕੇ ਲਗਾ ਦੇਣਾ ਹੈ। ਅਤੇ ਹੁਣ ਜਿਹੜੀ ਆਪਾਂ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ, ਅਤੇ ਇਹਨਾਂ ਦਾ ਫਾਂਸ ਜਿਹੜਾ ਆਪਾਂ ਉਹ ਵੀ ਸੈੱਟ ਕਰ ਲੈਣਾ ਹੈ, ਅਤੇ ਇਹਨਾਂ ਦੀ ਮੋਟਾਈ ਜਿਹੜੀ ਆਪਾਂ ਉਹ ਸੈੱਟ ਕਰ ਲੈਣੀ ਹੈ। ਅਤੇ ਬਾਕੀ ਪੱਗ ਜਿਹੜੀ ਆਪਾਂ ਸੜੀ ਉਹ ਨਾਲ ਦੀ ਨਾਲ ਕਰੀ ਜਾਣੀ ਹੈ।
ਅਤੇ ਆਪਣੀ ਜਿਹੜੀ ਹੀਟ ਸ਼ੇਪ ਆ ਉਹ ਆਪਾਂ ਸੈੱਟ ਕਰ ਲੈਣੀ ਹੈ, ਅਤੇ ਲੜਾਂ 'ਚ ਬਾਜ ਫੇਰ ਕੇ ਚੰਗੀ ਤਰ੍ਹਾਂ ਇਹਨਾਂ ਦੀ ਸਫਾਈ ਅਤੇ ਇਹਨਾਂ ਦੀ ਮੋਟਾਈ ਜਿਹੜੀ ਆਪਾਂ ਸੈੱਟ ਕਰ ਲੈਣੀ ਹੈ। ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਇਹਨਾਂ 'ਚ ਆਵਾਜ਼ ਫੇਰ ਕੇ ਇਹਨਾਂ ਪ੍ਰੋਪਰ ਤਰੀਕੇ ਨਾਲ ਸਫਾਈ ਕਰ ਲੈਣੀ ਹੈ। ਅਤੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਉਹ ਨਾਲ ਦੀ ਨਾਲ ਕਰ ਜਾਣੀ ਹੈ। ਅਤੇ ਜਿਹੜੀ ਆਪਣੀ ਪਿੱਛੇ ਤੱਕ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ, ਅਤੇ ਉੱਤੋਂ ਜਿਹੜਾ ਸ਼ੇਡਿੰਗ ਕਰ ਲਈ ਜਿਵੇਂ ਤੁਹਾਨੂੰ ਦੱਸਿਆ ਸੀਗਾ, ਆਪਣਾ ਜਿਹੜਾ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ। ਅਤੇ ਆਪਣੀ ਜਿਹੜੀ ਨੋਕ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ, ਅਤੇ ਲੜਾਈ ਦੀ ਮੋਟਾਈ ਜਿਹੜੀ ਆਪਾਂ ਉਹ ਸੈੱਟ ਕਰ ਲੈਣੀ ਹੈ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ, ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਹੁੰਦਾ ਥੱਲੇ ਰੱਖ ਲੈਣਾ, ਪਾਉਂਦੇ ਪਾਸੇ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ, ਅਤੇ ਆਪਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ। ਸੈੱਟ ਕਰਕੇ ਅਤੇ ਥੱਲੇ ਉਹ ਅੱਖ ਲਵੇ, ਜਿਹੜਾ ਆਪਾਂ ਕੁਆਰ ਲੜਾ ਲੜ ਨੂੰ ਫੋਲਡ ਕਰਾਂਗੇ, ਅਤੇ ਫੋਲਡ ਕਰਕੇ ਸਾਫ ਕਰ ਲੈਣਾ ਹੈ ਲੜ ਨੂੰ। ਸਾਫ ਕਰਕੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ। ਸੈੱਟ ਕਰਕੇ ਅਤੇ ਫਿਰ ਆਪਾਂ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ। ਇੱਕ ਵਾਰ ਫੋਲਡ ਕਰਨ ਤੋਂ ਬਾਅਦ ਜਿਹੜੇ ਉਹਦੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵੱਲ ਖਿੱਚ ਕੇ, ਅਤੇ ਵਾਧੂ ਦਾ ਕੱਪੜਾ ਹੋਊਗਾ ਉਹਨਾਂ ਨੂੰ ਆਪਾਂ ਉਹਨੂੰ ਥੱਲੇ ਵੱਲ ਖਿੱਚ ਕੇ, ਅਤੇ ਫਿਰ ਆਪਾਂ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ। ਅਤੇ ਡਬਲ ਫੋਲਡ ਕਰਕੇ ਆਪਾਂ ਜਿੱਥੇ ਜਿੰਨਾ ਆਪਾਂ ਬਾਕੀ ਲੜਾਂ ਦਾ ਫਾਸਲਾ ਰੱਖਿਆ ਸੀ ਉਹਨਾਂ ਦਾ ਫਾਸਲਾ ਰੱਖ ਕੇ, ਅਤੇ ਆਪਣੀ ਜਿਹੜੀ ਨੋਕ ਉਹ ਸੈੱਟ ਕਰਕੇ, ਅਤੇ ਜਿੰਨੀ ਤੁਸੀਂ ਉਹਦੀ ਚੜ੍ਹਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਨੇ ਉਹਦੀ ਚੜ੍ਹਾਈ ਰੱਖ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਅਤੇ ਮੋਟਾਈ 'ਚ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ। ਵੀਡੀਓ ਵੱਧ ਤੋਂ ਵੱਧ ਜ਼ਰੂਰ ਕਰਿਓ, ਤਾਂ ਜਿਹੜੇ ਵੀ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਪੱਗ ਬੰਨ੍ਹਣ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸਲਿਊਸ਼ਨ ਕਰ ਲੈਣ, ਅਤੇ ਚੰਗੀ ਤਰ੍ਹਾਂ ਜਿਹੜੇ ਹੁਣ ਆਪਾਂ ਲੜਾਂ ਵਿੱਚ ਆਵਾਜ਼ ਫੇਰ ਕੇ ਇਹਨਾਂ ਦੀ ਸਫਾਈ ਜਿਹੜੀ ਆਪਾਂ ਕਰ ਲੈਣੀ ਹੈ। ਅਤੇ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਉਹ ਕਰੀ ਜਾਣੀ ਹੈ। ਜਿਹੜਾ ਆਪਾਂ ਪੱਗ ਬੰਨ੍ਹ ਲਗਾਉਣਾ ਨੱਕ ਹੀਟਰ ਜਿੱਥੇ ਆਪਾਂ ਸ਼ਿਵਰ ਲੜ ਫੋਲਡ ਕਰਾਈ ਉੱਥੋਂ ਥੋੜ੍ਹਾ ਜਿਹਾ ਗਾਹਾਂ ਕਰਕੇ ਜਿਹੜਾ ਆਪਾਂ ਪੱਗ ਬੰਨ੍ਹ ਲਗਾਉਣਾ ਹੈ, ਤਾਂ ਜਿਹੜੇ ਆਪਣੇ ਜਿੱਥੋਂ ਲੜ ਫੋਲਡ ਕਰੇ ਨੇ ਉਹ ਜਿਹੜੇ ਆਪਾਂ ਫਰੰਟ ਤੋਂ ਦਿਖਣ ਨਾ। ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਬੈਕ ਤੋਂ ਪਿੰਚ ਕਰਕੇ, ਅਤੇ ਇੱਕ ਵਾਰ ਜਿਹੜਾ ਲੜਨ ਨੂੰ ਅੱਖ ਲਵੇ ਫੋਲਡ ਕਰਾਂਗੇ, ਅਤੇ ਇੱਕ ਵਾਰ ਉੱਤੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਸਾਫ ਕਰ ਲੈਣਾ ਹੈ।
ਅਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ ਕਰ ਲੈਣਾ ਅਤੇ ਬੈਗ ਤੋਂ ਚੜਾਈ ਚੋਂ ਲਿਆ ਕੇ ਲੜ ਨੂੰ ਮੂਹਰੇ ਲਿਆ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਦੇਣੀ ਹੈ ਅਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ ਕਰਕੇ ਅਤੇ ਉਸ ਵਿੱਚੋਂ ਚੰਗੀ ਤਰ੍ਹਾਂ ਵਾਲ ਕੱਢ ਕੇ ਅਤੇ ਪ੍ਰੈਸ ਕਰਕੇ ਜਿਹੜੇ ਉੱਤੇ ਵਾਲ ਰਹਿੰਦੇ ਆ ਉਹਨਾਂ ਨੂੰ ਆਪਾਂ ਵਾਲ ਨਾਲ ਕੱਢ ਕੇ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਅਤੇ ਚੰਗੀ ਤਰ੍ਹਾਂ ਜਿਹੜੇ ਉਤਲੇ ਵਾਲ ਨੇ ਉਹ ਆਪਾਂ ਕੱਢ ਲੈਣੇ ਹਨ ਕੱਢ ਕੇ ਅਤੇ ਲੜ ਨੂੰ ਵੀ ਜਿਹੜਾ ਆਪਾਂ ਪ੍ਰੋਪਰ ਤਰੀਕੇ ਨਾਲ ਸਾਫ ਕਰ ਲੈਣਾ ਹੈ ਅਤੇ ਫਿਰ ਜਿਹੜਾ ਆਪਾਂ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਅਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਨੀ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਅਤੇ ਉੱਤੇ ਇੱਕ ਵਾਰ ਜਿਹੜਾ ਆਪਾਂ ਲੜ ਨੂੰ ਦੱਬਣਾ ਹੈ ਅਤੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਉਹ ਨਾਲ ਦੀ ਨਾਲ ਕਰ ਲੈਣੀ ਹੈ ਅਤੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਉਹ ਨਾਲ ਦੀ ਨਾਲ ਕਰੀ ਜਾਣੀ ਹੈ ਅਤੇ ਲੜਾਂ ਦੀ ਜਿਹੜੀ ਆਪਾਂ ਸਫਾਈ ਉਹ ਕਰ ਲੈਣੀ ਹੈ ਪ੍ਰੋਪਰ ਤਰੀਕੇ ਨਾਲ ਪਿੱਛੇ ਤੱਕ ਜਿਹੜਾ ਆਪਾਂ ਵਾਸ਼ ਫੇਰ ਕੇ ਅਤੇ ਲੜਾਂ ਨੂੰ ਸਾਫ ਕਰ ਲੈਣਾ ਹੈ ਅਤੇ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਉਹ ਨਾਲ ਦੀ ਨਾਲ ਕਰੀ ਜਾਣੀ ਹੈ ਅਤੇ ਆਪਣੇ ਉੱਤੇ ਲੜਾਂ ਦੀ ਵੀਡੀਓ ਆਪਾਂ ਸੈਟਿੰਗ ਉਹ ਨਾਲ ਦੀ ਨਾਲ ਕਰੀ ਜਾਣੀ ਹੈ ਅਤੇ ਜਿਹੜੀ ਪੱਗ ਦੀ ਸੈਟਿੰਗ ਰਹਿੰਦੀ ਆ ਉਹਨਾਂ ਨੂੰ ਵੀ ਜਿਹੜੇ ਆਪਾਂ ਸੈੱਟ ਕਰ ਲੈਣਾ ਹੈ ਅਤੇ ਆਪਣੀ ਜਿਹੜੀ ਨੋਕ ਆ ਉਹ ਸੈੱਟ ਕਰ ਲੈਣੀ ਹੈ ਜਿਹੜਾ ਆਪਾਂ ਪੱਗ ਵੀ ਲਗਾਉਣਾ ਨਕਲੀ ਜਿਹੜਾ ਆਪਾਂ ਪੱਗ ਵੀ ਲਗਾਉਣਾ ਹੈ ਅਤੇ ਪੱਗ ਪੈਨੂੰ ਨਕਲੀ ਜਿਹੜਾ ਆਪਾਂ ਲੜ ਨੂੰ ਪੱਗ ਪੈਨੂੰ ਲਗਾ ਕੇ ਅਤੇ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਉਹ ਨਾਲ ਦੀ ਨਾਲ ਕਰਕੇ ਅਤੇ ਲੜਾਂ ਨੂੰ ਸੈੱਟ ਕਰ ਲੈਣਾ ਹੈ ਜਿਹੜਾ ਆਪਾਂ ਕਲਗੀ ਲੜਾ ਲਗਾਉਣਾ ਅੱਧਾ ਅਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜਾ ਨੂੰ ਬੈਗ ਤੋਂ ਸਫਾਈ 'ਚੋਂ ਲਿਆ ਕੇ ਮੂਹਰੇ ਲਿਆ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਦੇਣੀ ਹੈ ਅਤੇ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਲੜ ਨੂੰ ਪੱਗ ਪੈਂਦੇ ਥੱਲੇ ਰੱਖਣਾ ਹੈ ਅਤੇ ਉੱਤੋਂ ਵੀ ਜਿਹੜਾ ਲੜ ਨੂੰ ਉੱਤੋਂ ਵੀ ਜਿਹੜੇ ਆਪਣੇ ਲੜ ਦੇ ਵਾਲ ਹੋਣਗੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ
ਅਤੇ ਪੱਗ ਪਿੰਡ ਥੱਲੇ ਰੱਖ ਕੇ ਪਲਾਣ ਨੂੰ ਅਤੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਹੈ। ਫਰੰਟ ਵੱਲ ਨੂੰ ਫੋਲਡ ਕਰਕੇ ਜਿਵੇਂ ਤੁਸੀਂ ਉਹਦੀ ਕੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਨੀ ਉਹਦੀ ਕੜਾਈ ਰੱਖ ਕੇ ਲੜ ਨੂੰ, ਅਤੇ ਜਿੰਨੇ ਤੁਸੀਂ ਉਹ 'ਚ ਵਲ ਪਾਉਣਾ ਚਾਹੁੰਦੇ ਹੋ ਉਨੇ ਵਲ ਪਾ ਕੇ ਪਲੜ ਨੂੰ ਉੱਤੇ ਇੱਕ ਵਾਰ ਦੱਬ ਦੇਣਾ ਹੈ, ਅਤੇ ਦੋ ਤਿੰਨ ਪੱਗ ਪਿੰਡ ਜਿਹੜੇ ਆਪਾਂ ਉੱਤੇ ਲੜ ਨੂੰ ਟਿਕਾਉਣ ਵਾਸਤੇ ਲਗਾ ਦੇਣੇ ਹਨ। ਅਤੇ ਜਿਹੜੇ ਆਪਣੇ ਲੜਨੇ ਉਹ ਵੀ ਆਪਾਂ ਤੁਸੀਂ 3D ਕਰ ਸਕਦੇ ਹੋ, ਅਤੇ ਖੇੜੇ ਆਪਣੇ ਕਰ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਤਾਂ ਕਰ ਸਕਦੇ ਹੋ। ਅਤੇ ਸਿਲਾਈ ਢੱਕਣਾ ਜਿਹੜਾ ਆਪਾਂ ਪਹਿਲਾਂ ਲਾਈ ਸਾਈਡ ਦੇ ਸੈਂਟਰ 'ਚ ਆਉਣਾ, ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸਿਆਂ ਨੂੰ ਫੈਲਾ ਕੇ ਜਿਹੜਾ ਪਾਸਾ ਉਹ ਕਵਰ ਕਰ ਲੈਣਾ ਹੈ, ਅਤੇ ਜਿਹੜਾ ਆਪਾਂ ਸਿਲਾਈ ਕਵਰ ਕਰਨਾ ਉਹ ਸਫਾਈ 'ਚ ਅਤੇ ਟਾਇਟ ਕਵਰ ਕਰਨਾ ਹੈ। ਆਪਣੇ ਜਿਹੜੀ ਬਾਕੀ ਪੱਗ ਦੀ ਜਿਹੜੀ ਆਪਾਂ ਸੈਟਿੰਗ ਉਹ ਕਰ ਲੈਣੀ ਹੈ। ਅਤੇ ਜਲਦੀ ਮੁੜ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।